ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ ਯੂਟਿਊਬ ਚੈਨਲ ਸੁਰਖਾਬ ਸੇਖੋਂ ਵਿੱਚ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਮੁਬਾਰਕਾਂ। ਜਦੋਂ ਆਪਾਂ ਜਨਮ ਅਸ਼ਟਮੀ ਦੀ ਪੂਜਾ ਕਰਦੇ ਹਾਂ ਤਾਂ ਉਸ ਟਾਈਮ ਜਿਸ ਚੀਜ਼ ਦਾ ਆਪਾਂ ਕ੍ਰਿਸ਼ਨ ਜੀ ਨੂੰ ਭੋਗ ਲਵਾਉਂਦੇ ਹਾਂ ਉਹ ਅੱਜ ਆਪਾਂ ਭਾਗ ਤਿਆਰ ਕਰਾਂਗੇ। ਇਹ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਿਨਾਂ ਫੇਲ ਹੋਏ ਤੋਂ ਆਪਾਂ ਤਿਆਰ ਕਰ ਸਕਦੇ ਹਾਂ। ਇਸ ਨੂੰ ਬਿਗਨਰ ਵੀ ਬਣਾ ਸਕਦੇ ਹਨ। ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ। ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਇੱਥੇ ਤੁਹਾਨੂੰ ਦੱਸ ਦਿੰਦੀ ਹਾਂ ਕਿ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਇਸ ਵਿੱਚ ਯੂਜ਼ ਕੀਤੀਆਂ ਹਨ। ਸਭ ਤੋਂ ਪਹਿਲਾਂ ਆਪਾਂ ਇੱਥੇ ਨਾਰੀਅਲ ਲਿਆ ਹੈ ਅਤੇ ਇਸ ਨੂੰ ਆਪਾਂ ਗ੍ਰੇਟ ਕਰ ਲਿਆ ਹੈ। ਇੱਕ ਕੌਲੀ ਇੱਥੇ ਆਪਾਂ ਬਦਾਮਾਂ ਦੀ ਲਈ ਹੈ, ਇੱਕ ਹੀ ਕੌਲੀ ਆਪਾਂ ਇੱਥੇ ਖਸਖਸ ਦੀ ਲਈ ਹੈ। ਇਹ ਬਿਲਕੁਲ ਛੋਟੀਆਂ ਛੋਟੀਆਂ ਕੌਲੀਆਂ ਹਨ। ਇੱਕ ਕੌਲੀ ਇੱਥੇ ਆਪਾਂ ਗੂੰਦ ਲਈ ਹੈ ਅਤੇ ਕੁਛ ਆਪਾਂ ਇੱਥੇ ਮੈਲਨ ਸ਼ੀਡ ਲਏ ਹਨ ਅਤੇ ਕੁਛ ਇੱਥੇ ਆਪਾਂ ਲਏ ਹਨ ਮੇਵੇ, ਜਿਸ ਨੂੰ ਕਿ ਆਪਾਂ ਸੌਗੀ ਕਹਿੰਦੇ ਹਾਂ, ਅਤੇ ਇੱਕ ਛੋਟੀ ਕੌਲੀ ਆਪਾਂ ਕਾਜੂਆਂ ਦੀ ਲਈ ਹੈ ਅਤੇ ਇੱਕ ਵੱਡੀ ਕੌਲੀ ਇੱਥੇ ਆਪਾਂ ਮਖਾਣੇ ਲਏ ਹਨ ਅਤੇ ਇੱਕ ਵੱਡੀ ਕੌਲੀ ਇੱਥੇ ਆਪਾਂ ਲਿਆ ਹੈ ਗੁੜ। ਇਹ ਜੋ ਵੀ ਆਪਾਂ ਡਰਾਈ ਫਰੂਟ ਲਏ ਹਨ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਚੀਜ਼ ਵੱਧ ਜਾਂ ਘੱਟ ਕਰ ਸਕਦੇ ਹੋ। ਹੁਣ ਆਪਾਂ ਇੱਕ ਗੈਸ 'ਤੇ ਕੜਾਹੀ ਰੱਖਾਂਗੇ, ਉਸ ਦੇ ਵਿੱਚ 3 ਚਮਚੇ ਆਪਾਂ ਦੇਸੀ ਘਿਓ ਦੇ ਐਡ ਕਰ ਲਵਾਂਗੇ ਅਤੇ ਹੁਣ ਇਹਨਾਂ ਦੇ ਵਿੱਚ ਆਪਾਂ ਵਾਰੀ ਵਾਰੀ ਸਾਰੇ ਡਰਾਈ ਫਰੂਟ ਰੋਸਟ ਕਰ ਲਵਾਂਗੇ। ਇੱਥੇ ਮੈਂ ਬਦਾਮ ਐਡ ਕਰ ਲਏ ਹਨ, ਨਾਲ ਹੀ ਇੱਥੇ ਆਪਾਂ ਕਾਜੂ ਵੀ ਐਡ ਕਰ ਲਵਾਂਗੇ ਅਤੇ ਇਹਨਾਂ ਨੂੰ ਆਪਾਂ ਥੋੜ੍ਹਾ ਜਿਹਾ ਰੋਸਟ ਕਰ ਲਵਾਂਗੇ, ਕਿਉਂਕਿ ਰੋਸਟ ਕਰਨ ਦੇ ਨਾਲ ਇੱਕ ਤਾਂ ਡਰਾਈ ਫਰੂਟ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆ ਜਾਂਦਾ ਹੈ ਅਤੇ ਦੂਸਰਾ ਇਹ ਬਹੁਤ ਹੀ ਕਰੰਚੀ ਹੋ ਜਾਂਦੇ ਹਨ। ਇਹ ਆਪਾਂ ਲੋਅ ਫਲੇਮ ਦੇ ਉੱਪਰ ਹੀ ਰੋਸਟ ਕਰਾਂਗੇ। ਹੁਣ ਆਪਣੇ ਬਦਾਮ ਅਤੇ ਕਾਜੂ ਰੋਸਟ ਹੋ ਚੁੱਕੇ ਹਨ, ਇਹਨਾਂ ਨੂੰ ਆਪਾਂ ਅਲੱਗ ਪਲੇਟ ਦੇ ਵਿੱਚ ਕੱਢ ਲਵਾਂਗੇ। ਇਹ ਬਹੁਤ ਹੀ ਸਿੰਪਲ ਰੈਸਪੀ ਹੈ ਅਤੇ ਇਹ ਸਪੈਸ਼ਲ ਹੀ ਜਨਮ ਅਸ਼ਟਮੀ ਦੇ ਪ੍ਰਸ਼ਾਦ ਦੇ ਤੌਰ 'ਤੇ ਬਣਾਈ ਜਾਂਦੀ ਹੈ। ਹੁਣ ਆਪਾਂ ਇੱਥੇ ਗੂੰਦ ਐਡ ਕਰ ਲਵਾਂਗੇ ਅਤੇ ਇਸ ਨੂੰ ਵੀ ਆਪਾਂ ਭੁੰਨ ਲਵਾਂਗੇ। ਜਦੋਂ ਇਸ ਨੂੰ ਆਪਾਂ ਭੁੰਨਦੇ ਹਾਂ ਤਾਂ ਇਹ ਕਾਫੀ ਫਲੱਫੀ ਹੋ ਜਾਂਦੀ ਹੈ ਅਤੇ ਕੁਆਂਟਿਟੀ ਇਸ ਦੀ ਕਾਫੀ ਜ਼ਿਆਦਾ ਹੋ ਜਾਂਦੀ ਹੈ। ਇਹ ਬਹੁਤ ਜਲਦੀ ਭੁੱਜ ਜਾਂਦੀ ਹੈ। ਇਹ ਦੇਖੋ ਗੂੰਦ ਵੀ ਹੁਣ ਆਪਣੀ ਭੁੱਜ ਚੁੱਕੀ ਹੈ। ਹੁਣ ਇਸ ਨੂੰ ਵੀ ਆਪਾਂ ਅਲੱਗ ਪਲੇਟ ਦੇ ਵਿੱਚ ਕੱਢ ਲਵਾਂਗੇ। ਹੁਣ ਇੱਥੇ ਆਪਾਂ ਖਸਖਸ ਅਤੇ ਮਗਜ਼ ਐਡ ਕਰ ਲਵਾਂਗੇ ਅਤੇ ਇਹਨਾਂ ਨੂੰ ਵੀ ਆਪਾਂ ਥੋੜ੍ਹਾ ਜਿਹਾ ਰੋਸਟ ਕਰ ਲਵਾਂਗੇ। ਇਹ ਸਾਰੇ ਆਪਾਂ ਡਰਾਈ ਫਰੂਟ ਬਿਲਕੁਲ ਲੋਅ ਫਲੇਮ ਦੇ ਉੱਪਰ ਹੀ ਰੋਸਟ ਕਰਨੇ ਹਨ। ਜੇਕਰ ਆਪਾਂ ਹਾਈ ਫਲੇਮ ਕਰਾਂਗੇ ਤਾਂ ਇਹ ਸੜ ਜਾਣਗੇ ਅਤੇ ਇਹਨਾਂ ਦਾ ਟੇਸਟ ਖਰਾਬ ਹੋ ਜਾਵੇਗਾ। ਹੁਣ ਆਪਾਂ ਖਸਖਸ ਅਤੇ ਮਗਜ਼ ਵੀ ਕੱਢ ਲਵਾਂਗੇ ਅਤੇ ਹੁਣ ਇਸ ਦੇ ਵਿੱਚ ਆਪਾਂ ਪਾ ਦੇਵਾਂਗੇ ਕ੍ਰਸ਼ ਕੀਤਾ ਹੋਇਆ ਨਾਰੀਅਲ। ਇਹ ਮੈਂ ਸੁੱਕਾ ਨਾਰੀਅਲ ਲਿਆ ਸੀ ਅਤੇ ਉਸ ਦੀ ਗਿਰੀ ਨੂੰ ਗ੍ਰੇਟ ਕਰ ਲਿਆ ਸੀ। ਇਸ ਦੇ ਨਾਲ ਪ੍ਰਸ਼ਾਦ ਦੇ ਵਿੱਚ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ। ਇਸ ਦੇ ਥਾਂ 'ਤੇ ਤੁਸੀਂ ਨਾਰੀਅਲ ਦਾ ਬੁਰਾਦਾ ਵੀ ਯੂਜ਼ ਕਰ ਸਕਦੇ ਹੋ, ਪਰ ਇਹ ਐਡ ਕਰੋਗੇ ਤਾਂ ਪ੍ਰਸ਼ਾਦ ਦਾ ਟੇਸਟ ਅਲੱਗ ਹੀ ਹੋਵੇਗਾ ਅਤੇ ਇੱਕ ਇਹ ਬਹੁਤ ਹੀ ਜ਼ਿਆਦਾ ਕਰੰਚੀ ਲੱਗਦੇ ਹੈ। ਹੁਣ ਇਸ ਨੂੰ ਵੀ ਆਪਾਂ
ਕੱਢ ਲਵਾਂਗੇ ਕੜਾਹੀ ਵਿੱਚੋਂ। ਇਹ ਆਪਾਂ ਡਰਾਈ ਰੋਸਟ ਹੀ ਕੀਤਾ ਹੈ। ਹੁਣ ਆਪਾਂ ਕੜਾਹੀ ਦੇ ਵਿੱਚ 2 ਚਮਚ ਹੋਰ ਦੇਸੀ ਘਿਓ ਦੇ ਐਡ ਕਰ ਲਵਾਂਗੇ ਅਤੇ ਇਸ ਦੇ ਵਿੱਚ ਆਪਾਂ ਪਾ ਦੇਵਾਂਗੇ ਸੌਗੀ, ਜਿਸ ਨੂੰ ਕਿ ਆਪਾਂ ਕਿਸ਼ਮਿਸ਼ ਵੀ ਕਹਿੰਦੇ ਹਾਂ, ਅਤੇ ਇਸ ਨੂੰ ਵੀ ਆਪਾਂ ਥੋੜ੍ਹਾ ਜਿਹਾ ਰੋਸਟ ਕਰ ਲਵਾਂਗੇ। ਇਹ ਮੇਵੇ ਵੀ ਬਹੁਤ ਹੀ ਜਲਦੀ ਰੋਸਟ ਹੋ ਜਾਂਦੇ ਹਨ ਅਤੇ ਕਾਫੀ ਫਲੱਫੀ ਫਲੱਫੀ ਬਣ ਜਾਂਦੇ ਹਨ। ਲਓ ਜੀ, ਇਹ ਵੀ ਹੁਣ ਆਪਣੇ ਰੋਸਟ ਹੋ ਚੁੱਕੇ ਹਨ। ਇਹਨਾਂ ਨੂੰ ਵੀ ਹੁਣ ਇਸੇ ਤਰ੍ਹਾਂ ਆਪਾਂ ਪਲੇਟ ਦੇ ਵਿੱਚ ਕੱਢ ਲਵਾਂਗੇ। ਇਹ ਦੇਖੋ, ਆਪਾਂ ਸਾਰੀਆਂ ਚੀਜ਼ਾਂ ਨੂੰ ਭੁੰਨ ਲਿਆ ਹੈ ਅਤੇ ਹੁਣ ਇੱਥੇ ਆਪਾਂ ਕੜਾਹੀ ਦੇ ਵਿੱਚ ਮਖਾਣਿਆਂ ਨੂੰ ਭੁੰਨ ਲਵਾਂਗੇ। ਇਹ ਦੇਖੋ, ਹੁਣ ਆਪਾਂ ਚੈੱਕ ਕਰਦੇ ਹਾਂ। ਦੇਖੋ ਆਪਣੇ ਮਖਾਣੇ ਕਿੰਨੇ ਵਧੀਆ ਭੁੰਨ ਚੁੱਕੇ ਹਨ ਅਤੇ ਕਿੰਨੇ ਕਰੰਚੀ ਹੋ ਚੁੱਕੇ ਹਨ। ਹੁਣ ਆਪਾਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ। ਹੁਣ ਆਪਾਂ ਇਸ ਦੀ ਚਾਸ਼ਨੀ ਤਿਆਰ ਕਰਾਂਗੇ। ਇੱਕ ਆਪਾਂ ਕੜਾਹੀ ਗੈਸ 'ਤੇ ਰੱਖਾਂਗੇ ਅਤੇ ਉਸ ਦੇ ਵਿੱਚ 1 ਕੌਲੀ ਆਪਾਂ ਗੁੜ ਦੀ ਐਡ ਕਰ ਲਵਾਂਗੇ ਅਤੇ ਬਿਲਕੁਲ ਥੋੜ੍ਹਾ ਜਿਹਾ ਪਾਣੀ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਅਤੇ ਇਸ ਨੂੰ ਆਪਾਂ ਲੋਅ ਫਲੇਮ ਦੇ ਉੱਪਰ ਰੱਖ ਦੇਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਗੁੜ ਜਿਹੜਾ ਇਸ ਦੇ ਵਿੱਚ ਮੈਲਟ ਹੋ ਜਾਵੇ। ਆਪਾਂ ਕੋਈ ਚਾਸ਼ਨੀ 1 ਜਾਂ 2 ਤਾਰ ਦੀ ਤਿਆਰ ਨਹੀਂ ਕਰਨੀ, ਜਸਟ ਇਸ ਨੂੰ ਆਪਾਂ ਸਿਰਫ ਮੈਲਟ ਹੀ ਕਰਨਾ ਹੈ। ਜਿੰਨੀ ਦੇਰ ਆਪਣੀ ਚਾਸ਼ਨੀ ਬਣ ਰਹੀ ਹੈ ਉਨੀ ਦੇਰ ਆਪਾਂ ਸਾਰੇ ਡਰਾਈ ਫਰੂਟ ਗ੍ਰਾਇੰਡ ਕਰ ਲਵਾਂਗੇ। ਇਹਨਾਂ ਨੂੰ ਆਪਾਂ ਦਰਦਰੇ ਹੀ ਰੱਖਾਂਗੇ। ਇਹ ਬਹੁਤ ਜ਼ਿਆਦਾ ਆਪਾਂ ਬਰੀਕ ਪਾਊਡਰ ਇਹਨਾਂ ਦਾ ਤਿਆਰ ਨਹੀਂ ਕਰਨਾ ਕਿਉਂਕਿ ਪਾਕ ਦੇ ਵਿੱਚ ਜਦੋਂ ਵੀ ਆਪਾਂ ਡਰਾਈ ਫਰੂਟ ਐਡ ਕਰਦੇ ਹਾਂ ਥੋੜ੍ਹੇ ਦਰਦਰੇ ਹੀ ਹੁੰਦੇ ਹਨ ਅਤੇ ਇਸ ਦੇ ਨਾਲ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ। ਇਹ ਦੇਖੋ, ਹੁਣ ਆਪਾਂ ਮਖਾਣੇ ਮਿਕਸ ਕਰ ਲਏ ਹਨ ਅਤੇ ਹੁਣ ਇਸ ਨੂੰ ਆਪਾਂ ਥਾਲੀ ਦੇ ਵਿੱਚ ਕੱਢ ਲਵਾਂਗੇ। ਇਸੇ ਤਰ੍ਹਾਂ ਆਪਾਂ ਵਾਰੀ ਵਾਰੀ ਸਾਰੀਆਂ ਚੀਜ਼ਾਂ ਨੂੰ ਜਾਰ ਦੇ ਵਿੱਚ ਪਾ ਕੇ ਮਿਕਸ ਕਰ ਲਵਾਂਗੇ। ਹੁਣ ਇੱਥੇ ਆਪਾਂ ਬਦਾਮ, ਕਾਜੂ, ਖਸਖਸ ਅਤੇ ਮਗਜ਼ ਇਹਨਾਂ ਨੂੰ ਵੀ ਦਰਦਰਾ ਪੀਸ ਲਵਾਂਗੇ। ਅਤੇ ਇਹਨਾਂ ਨੂੰ ਹੁਣ ਆਪਾਂ ਉਸੇ ਥਾਲੀ ਦੇ ਵਿੱਚ ਪਾ ਦੇਵਾਂਗੇ। ਹੁਣ ਇੱਥੇ ਆਪਾਂ ਗੂੰਦ ਨੂੰ ਵੀ ਮਿਕਸ ਕਰ ਲਵਾਂਗੇ ਅਤੇ ਇਸ ਦਾ ਪਾਊਡਰ ਤਿਆਰ ਕਰਕੇ ਕੱਢ ਲਵਾਂਗੇ। ਹੁਣ ਇੱਥੇ ਆਪਾਂ ਮੇਵੇ ਅਤੇ ਨਾਰੀਅਲ ਨੂੰ ਇਸੇ ਤਰ੍ਹਾਂ ਹੀ ਐਡ ਕਰ ਦੇਵਾਂਗੇ। ਇਹਨਾਂ ਨੂੰ ਆਪਾਂ ਬਿਲਕੁਲ ਬਰੀਕ ਨਹੀਂ ਕਰਨਾ। ਹੁਣ ਇਹ ਦੇਖੋ, ਆਪਣੀ ਚਾਸ਼ਨੀ ਵੀ ਬਣ ਕੇ ਤਿਆਰ ਹੋ ਚੁੱਕੀ ਹੈ। ਇਸ ਦੇ ਵਿੱਚ 1 ਬੋਇਲ ਆ ਚੁੱਕਾ ਹੈ। ਹੁਣ ਇਹ ਸਾਰਾ ਸਮਾਨ ਇਸ ਦੇ ਵਿੱਚ ਆਪਾਂ ਐਡ ਕਰ ਦੇਵਾਂਗੇ ਅਤੇ ਇਸ ਨੂੰ ਆਪਾਂ ਹੌਲੀ ਹੌਲੀ ਮਿਕਸ ਕਰੀ ਜਾਵਾਂਗੇ। ਇੱਥੇ ਆਪਾਂ ਗੈਸ ਦਾ ਫਲੇਮ ਹੁਣ ਬੰਦ ਕਰ ਦਿੱਤਾ ਹੈ। ਹੁਣ ਇਸ ਮਿਕਸਰ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਗੁੜ ਦੀ ਚਾਸ਼ਨੀ ਦੇ ਵਿੱਚ ਮਿਕਸ ਹੋ ਜਾਣ। ਇਹ ਬਹੁਤ ਹੀ ਜ਼ਿਆਦਾ ਟੇਸਟੀ ਪ੍ਰਸ਼ਾਦ ਬਣ ਕੇ ਤਿਆਰ ਹੁੰਦਾ ਹੈ। ਤੁਸੀਂ ਜ਼ਰੂਰ ਇਸ ਨੂੰ ਟਰਾਈ ਕਰਿਓ ਅਤੇ ਆਪਣਾ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਿਓ ਅਤੇ ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਦੇ ਬੈੱਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਇਹ ਦੇਖੋ, ਹੁਣ ਆਪਣਾ ਮਿਕਸਰ ਬਿਲਕੁਲ ਗੁੜ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕਾ ਹੈ।
ਹੁਣ ਆਪਾਂ ਇੱਥੇ ਇੱਕ ਥਾਲੀ ਲਵਾਂਗੇ, ਉਸਨੂੰ ਆਪਾਂ ਘਿਓ ਦੇ ਨਾਲ ਗਰੀਸ ਕਰ ਲਿਆ ਹੈ। ਹੁਣ ਇਹ ਸਾਰਾ ਮਿਕਸਚਰ ਆਪਾਂ ਥਾਲੀ ਦੇ ਵਿੱਚ ਪਾ ਦੇਵਾਂਗੇ। ਜੇਕਰ ਤੁਹਾਡੇ ਕੋਲ ਟਰੇ ਹੈ ਤਾਂ ਤੁਸੀਂ ਬਰਫੀ ਵਾਲੀ ਟਰੇ ਦੇ ਵਿੱਚ ਵੀ ਇਸਨੂੰ ਪਾ ਸਕਦੇ ਹੋ। ਨਾਲ ਨਾਲ ਇਸਨੂੰ ਆਪਾਂ ਪ੍ਰੈਸ ਕਰੀ ਜਾਵਾਂਗੇ। ਹੁਣ ਸਾਰਾ ਆਪਾਂ ਮਿਕਸਰ ਇਸ ਦੇ ਵਿੱਚ ਪਾ ਲਿਆ ਹੈ ਅਤੇ ਹੁਣ ਹੱਥਾਂ ਦੇ ਨਾਲ ਇਸਨੂੰ ਆਪਾਂ ਸੈੱਟ ਕਰ ਲਵਾਂਗੇ, ਕਿਉਂਕਿ ਹੁਣ ਬਹੁਤ ਜ਼ਿਆਦਾ ਗਰਮ ਨਹੀਂ ਹੈ। ਇਹ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ। ਮੈਂ ਹੱਥਾਂ ਦੇ ਨਾਲ ਇਸਨੂੰ ਬਿਲਕੁਲ ਸੈੱਟ ਕਰ ਲਿਆ ਹੈ ਅਤੇ ਹੁਣ ਇਸਨੂੰ ਆਪਾਂ ਥੋੜ੍ਹੇ ਟਾਈਮ ਦੇ ਲਈ ਇਸੇ ਤਰ੍ਹਾਂ ਰੱਖ ਦੇਵਾਂਗੇ। ਫਿਰ ਆਪਾਂ ਇਸਦੇ ਪੀਸ ਕੱਟ ਕਰਾਂਗੇ। ਹੁਣ ਆਪਾਂ ਇਸਦੇ ਪੀਸ ਕੱਟ ਕਰਦੇ ਹਾਂ। ਇਹ ਦੇਖੋ ਕਿੰਨੇ ਈਜ਼ੀ ਤਰੀਕੇ ਦੇ ਨਾਲ ਆਪਾਂ ਇਸਦੇ ਪੀਸ ਕੱਟ ਕਰ ਰਹੇ ਹਾਂ। ਗੁੜ ਦੇ ਨਾਲ ਇਸਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਹੁੰਦਾ ਹੈ। ਤੁਸੀਂ ਇਸਨੂੰ ਖੰਡ ਦੇ ਵਿੱਚ ਵੀ ਬਣਾ ਸਕਦੇ ਹੋ। ਲਓ ਜੀ, ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿੰਨਾ ਵਧੀਆ ਆਪਣਾ ਪਾਕ ਬਣ ਕੇ ਤਿਆਰ ਹੋ ਚੁੱਕਾ ਹੈ। ਲਓ ਜੀ, ਇਹ ਪੀਸ ਕਿੰਨੇ ਵਧੀਆ ਬਣੇ ਹਨ ਅਤੇ ਕਿੰਨੇ ਵਧੀਆ ਲੱਗ ਰਹੇ ਹਨ। ਤੁਸੀਂ ਵੀ ਜ਼ਰੂਰ ਇਸਨੂੰ ਟਰਾਈ ਕਰਿਓ। ਹੁਣ ਇਸਨੂੰ ਆਪਾਂ ਪਲੇਟ ਦੇ ਵਿੱਚ ਸਜਾ ਲੈਂਦੇ ਹਾਂ। ਇਹ ਦੇਖੋ ਕਿੰਨਾ ਵਧੀਆ ਆਪਣਾ ਭੋਗ ਦਾ ਪ੍ਰਸ਼ਾਦ ਬਣ ਕੇ ਤਿਆਰ ਹੋਇਆ ਹੈ। ਤੁਸੀਂ ਵੀ ਜ਼ਰੂਰ ਇਸਨੂੰ ਟਰਾਈ ਕਰਿਓ। ਮੇਰੇ ਵੱਲੋਂ ਇੱਕ ਵਾਰੀ ਫਿਰ ਤੁਹਾਨੂੰ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਮੁਬਾਰਕਾਂ। ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ।